ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਲ ਤਲੀ ਗਲੀ ਮਰੀ ਆਓ। ਤਾਂ ਸਭ ਤੋਂ ਪਹਿਲਾਂ ਜੇ ਗੱਲ ਸਿਰਫ ਧਰਮ ਦੀ ਆ, ਨਾਮ ਜਪਣ ਦੀ ਆ, ਤਾਂ ਉੱਥੇ ਤਲੀ ਤੇ ਸਿਰ ਰੱਖ ਕੇ ਆਉਣ ਦੀ ਗੱਲ ਉਹ ਕਿੱਥੋਂ ਆਉਂਦੀ ਆ? ਤਾਂ ਉਹ ਗੱਲ ਆਉਣੀ ਹੀ ਆਉਣੀ ਆ ਜਿੰਨੇ ਵੀ ਪਰਮਾਤਮਾ ਨੂੰ ਸੱਚਾ ਪਾਤਸ਼ਾਹ ਮੰਨ ਕੇ ਦੁਨਿਆਵੀ ਤਖ਼ਤ ਤੇ ਬੈਠੇ ਹੁਕਮਰਾਨ ਨੂੰ ਆਪਦਾ ਹੁਕਮਰਾਨ ਨਹੀਂ ਮੰਨਣਾ, ਤਾਂ ਉੱਥੇ ਉਹ ਟਕਰਾਅ ਲਾਜ਼ਮ ਆ। ਇਹ ਰਾਜਨੀਤੀ ਦੇ ਸਫੇਰ ਦੇ ਵਿੱਚ ਇਹ ਟਕਰਾਅ ਹੋਇਆ ਆ। ਉਸ ਤੋਂ ਬਾਅਦ ਜਿਹੜਾ ਧਰਮ ਦੇ ਸਫੇਰ ਦੇ ਵਿੱਚ ਅਸੀਂ ਗੱਲ ਕਰ ਲਈਏ, ਤਾਂ ਜਿੱਥੇ ਤੇ ਦਲਿਤ ਵਾਸਤੇ, ਜਿੱਥੇ ਸ਼ੂਦਰ ਵਾਸਤੇ ਕਿਸੇ ਵੇਦ ਦਾ ਸ਼ਲੋਕ ਸੁਣਨਾ, ਉਚਾਰਨ ਕਰਨਾ ਉਹ ਏਡੀ ਵੱਡੀ ਸਜ਼ਾ ਆ ਕਿ ਉਹਦੇ ਕੰਨ 'ਚ ਸਿੱਕਾ ਢਾਲ ਕੇ ਪਾਇਆ ਜਾ ਸਕਦਾ, ਉਹਦੀ ਜ਼ਬਾਨ ਕੱਟੀ ਜਾ ਸਕਦੀ ਆ, ਅਤੇ ਉੱਥੇ ਜਿਹੜੀ ਆ ਉਹਨਾਂ ਕੈਟਾਗਰੀਜ਼, ਉਹਨਾਂ ਵਰਗਾਂ 'ਚ ਆਉਣ ਵਾਲੇ ਭਗਤਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਆਦਿ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਆ ਸ਼ਾਮਿਲ ਕੀਤਾ ਗਿਆ। ਜਿੱਥੇ ਪਾਤਸ਼ਾਹ ਕਹਿ ਰਹੇ ਆ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਓ ਕੈਰੀਸ, ਤਾਂ ਉੱਥੇ ਵਿਪਰ ਦੇ ਨਾਲ ਟਕਰਾਅ ਹੋਣਾ ਵੀ ਲਾਜ਼ਮ ਆ। ਅਤੇ ਉਹ ਟਕਰਾਅ ਅਸੀਂ ਦੇਖਿਆ ਆ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਟਕਰਾਅ ਲਗਾਤਾਰ ਜਾਰੀ ਆ। ਆਪਾਂ ਇਸਲਾਮ ਵਾਲੇ ਫੈਕਟਰ ਨੂੰ ਅੱਜ ਦੇ ਸੰਦਰਭ ਦੇ ਵਿੱਚ ਇਗਨੋਰ ਕਰ ਸਕਦੇ ਹਾਂ, ਕਿਉਂਕਿ ਸਾਡਾ ਉਹਨਾਂ ਦੇ ਨਾਲ ਸਿੱਧਾ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਆ। 47 ਤੋਂ ਬਾਅਦ ਬਿਲਕੁਲ ਪੋਲੀਟੀਕਲੀ ਸਾਡਾ ਉਹਨਾਂ ਦੇ ਨਾਲ ਉਵੇਂ ਕੋਈ ਇੱਥੇ ਕੋਈ ਪਾਵਰ ਦੀ ਟਸਲ ਨਹੀਂ ਚੱਲ ਰਹੀ। ਜਿਨ੍ਹਾਂ ਨਾਲ ਸਾਡੀ ਅੱਜ ਟਸਲ ਆ, ਇੱਕ ਵੱਡਾ ਸ਼ਿਫਟ ਜਿਹੜਾ 47 'ਚ ਇਹ ਆਇਆ ਕਿ ਜਿਨ੍ਹਾਂ ਦੇ ਨਾਲ ਸਿੱਖਾਂ ਦਾ ਸਿਧਾਂਤ ਦਾ ਰੌਲਾ ਆ, ਉਹਨਾਂ ਦੇ ਕੋਲ ਤਾਕਤ ਵੀ ਆ ਗਈ। ਉਹਨਾਂ ਦੇ ਕੋਲ ਜੇ ਮੁਗਲ ਅੰਪਾਇਰ ਦੇ ਸਮੇਂ ਬੜੀ ਲਿਮਿਟਡ ਜੀ ਤਾਕਤ ਸੀ ਕਿ ਇੱਕ ਛੋਟਾ ਜਿਹਾ ਖਿੱਤਾ 22 ਧਾਰ ਦਾ, ਉਹਦੇ ਵਿੱਚ ਉਹਨਾਂ ਦੇ ਕੋਲ ਰਾਜ ਨੇ, ਉਹਨਾਂ ਦੇ ਰਾਜੇ ਨੇ, ਤਾਂ ਉੱਥੇ ਵੀ ਉਹਨਾਂ ਨੇ ਘੱਟ ਨਹੀਂ ਗੁਜ਼ਾਰੀ। ਉਹਨਾਂ ਨੇ ਆਪਦਾ ਅੱਡੀ ਚੋਟੀ ਦਾ ਜ਼ੋਰ ਲਾਇਆ ਆ ਕਿ 10ਵੇਂ ਪਾਤਸ਼ਾਹ ਨੂੰ ਆਨੰਦਪੁਰ ਸਾਹਿਬ ਦੇ ਕਿਲ੍ਹੇ 'ਚੋਂ ਉਹਨਾਂ ਨੇ ਕੱਢ ਕੇ ਹੀ ਸਾਹ ਲਿਆ ਆ। ਅਤੇ ਅੱਜ ਜਦੋਂ ਉਹਨਾਂ ਕੋਲ ਇਸ ਖਿੱਤੇ ਦੀ, ਜਿਹੜਾ ਇੰਡੀਅਨ ਸਬ ਕੌਂਟੀਨੈਂਟ ਆ, ਉਹਦੀ ਫੁੱਲ ਫਲੈਜ ਤਾਕਤ ਉਹਨਾਂ ਦੇ ਹੱਥ 'ਚ ਆਈ ਆ, ਤਾਂ ਉਹ ਕਿਸੇ ਵੀ ਤਰ੍ਹਾਂ ਦਾ ਸੁੱਖ ਆ ਜਿਹੜਾ ਸਿੱਖਾਂ ਦੇ ਨਾਲ ਨਹੀਂ ਗੁਜ਼ਾਰਨ ਵਾਲੇ। ਇਹ ਗੱਲ ਕੰਧ 'ਤੇ ਲਿਖਿਆ ਜਿਹੜਾ ਸੱਚ ਵਾ, ਅਤੇ ਜਿਹਨੂੰ ਭਾਈ ਗਜਿੰਦਰ ਸਿੰਘ ਵਰਗੇ ਸੰਘਰਸ਼ੀ ਸਿੱਖਾਂ ਨੇ ਪੜ੍ਹਿਆ, ਅਤੇ ਜਦੋਂ ਆਮ ਸਿੱਖਾਂ ਦੇ ਵਿੱਚ ਕੋਈ ਵੱਖਰੇ ਸਿੱਖ ਰਾਜ ਦੀ ਗੱਲ, ਮੈਂ ਕਹਿੰਦਾ ਕਿ ਸੁਪਨੇ ਦੇ ਵਿੱਚ ਵੀ ਯਾਦ ਨਹੀਂ ਸੀ, ਉਦੋਂ ਸਿੱਖ ਹੋਮਲੈਂਡ ਦੇ ਪਰਚੇ ਇੰਦਰਾ ਗਾਂਧੀ ਦੇ ਮੂੰਹ 'ਤੇ ਮਾਰਨ ਵਾਲਾ ਜਿਹੜਾ ਬੰਦਾ ਆ, ਉਹ ਤੁਸੀਂ ਦੇਖੋ ਕਿ ਉਹਨਾਂ ਨੇ ਉਹ ਸ਼ਹਾਦਤ ਦਾ ਰਸਤਾ, ਉਹ ਸ਼ਹਾਦਤ ਦਾ ਸਫ਼ਰ ਉਦੋਂ ਹੀ ਚੁਣਿਆ ਆ। ਜੇ ਗੁਰੂ ਨਾਨਕ ਪਾਤਸ਼ਾਹ ਬਾਬਰ ਨੂੰ ਜਾਬਰ ਕਹਿ ਰਹੇ ਆ, ਪਾਂਧੇ ਦੇ ਬਣਾਏ ਨਿਜ਼ਾਮ ਨੂੰ ਜਿਹੜਾ ਆ ਉਹ ਬਿਲਕੁਲ ਰੱਦ ਕਰ ਰਹੇ ਆ, ਤਾਂ ਉਸ ਸਮੇਂ ਦੀਆਂ ਜੋ ਪ੍ਰੈਕਟੀਕਲ ਹਾਲਾਤ ਨੇ ਉਹਨਾਂ ਨੂੰ ਚੈਲੰਜ ਕਰ ਰਹੇ ਆ। ਜੇ ਦੂਜੇ ਪਾਤਸ਼ਾਹ ਹਮਾਯੂੰ ਜਦੋਂ ਉਹਨਾਂ ਦੇ ਦਰਬਾਰ ਦੇ ਵਿੱਚ ਆ ਕੇ ਮਿਆਨ 'ਚੋਂ ਤਲਵਾਰ ਖਿੱਚਦਾ ਆ, ਤਾਂ ਉਹਦੀ ਤਲਵਾਰ ਮਿਆਨ ਦੇ ਵਿੱਚ ਝਟਕ ਜਾਂਦੀ ਆ, ਅਤੇ ਪਾਤਸ਼ਾਹ ਇੱਕ ਬਚਨ ਕਹਿੰਦੇ ਆ ਕਿ ਜਿੱਥੇ ਇਹ ਤਲਵਾਰ ਕੱਢਣੀ ਸੀ ਉੱਥੇ ਤੁਹਾਡੇ ਕੋਲ ਨਿਕਲਦੀ ਨਹੀਂ, ਅਤੇ ਤੁਸੀਂ ਜਿਹੜੇ ਮਜ਼ਲੂਮ ਨੇ ਹੱਥਿਆਂ 'ਤੇ ਜਿਹੜਾ ਆ ਜ਼ੁਲਮ ਕਰਨਾ ਜਾਣਦੇ ਜੇ। ਜੇ ਤੀਜੇ ਪਾਤਸ਼ਾਹ ਦੇ ਦਰਬਾਰ 'ਚ ਅਕਬਰ ਆ ਕੇ ਪੰਗਤ 'ਚ, ਪਹਿਲਾਂ ਉਹਨੂੰ ਪੰਗਤ 'ਚ ਬੈਠ ਕੇ ਲੰਗਰ ਛਕਣ ਨੂੰ ਕਿਹਾ ਜਾਂਦਾ, ਉਸ ਤੋਂ ਬਾਅਦ ਉਹਦੇ ਨਾਲ ਭੇਟ ਹੁੰਦੀ ਆ, ਤਾਂ ਉੱਥੇ ਇੱਕ ਬਹੁਤ ਸਪਸ਼ਟ ਸੁਨੇਹਾ ਆ ਕਿ ਇਸ ਦਰਬਾਰ ਦੇ ਵਿੱਚ ਕੋਈ ਵੀ ਜਿਹੜਾ ਵਕਤੀ ਹੁਕਮਰਾਨ ਆ ਉਹ ਕਿਸੇ ਆਮ ਇਨਸਾਨ ਦੇ ਨਾਲ ਉੱਚਾ ਨਹੀਂ ਹੋ ਸਕਦਾ, ਉੱਥੇ ਸਾਰੇ ਬਰਾਬਰ ਨੇ। ਜੇ ਚੌਥੇ ਪਾਤਸ਼ਾਹ ਇੱਕ ਨਵਾਂ ਨਗਰ ਵਸਾ ਰਹੇ ਆ, ਉੱਥੇ 52 ਕਿੱਤਾ ਘਰ ਵਸਾ ਰਹੇ ਆ, ਤਾਂ ਉਹ ਇੱਕ ਨਵੀਂ ਸਿਵਿਲਾਈਜੇਸ਼ਨ, ਇੱਕ ਨਵੀਂ ਸੱਭਿਅਤਾ ਦੀ ਸਿਰਜਣਾ ਆ। ਸਿੱਖ ਇੱਕ ਧਰਮ, ਇੱਕ ਮਤ, ਇੱਕ ਪੰਥ ਨਹੀਂ ਆ ਸਿਰਫ, ਸਿੱਖ ਇੱਕ ਸਿਵਿਲਾਈਜੇਸ਼ਨ ਆ ਜਿਹਦੇ ਵਿੱਚ ਉਹਨਾਂ ਕੋਲ ਆਪਦੀ ਲਿਪੀ ਆ, ਆਪਦਾ ਗ੍ਰੰਥ ਆ, ਆਪਦੇ ਨਿਸ਼ਾਨ ਨੇ, ਹਰ ਤਰ੍ਹਾਂ ਦਾ ਇੰਸਟੀਟਿਊਟ ਜਿਹੜਾ ਪਾਤਸ਼ਾਹ ਸਿੱਖਾਂ ਨੂੰ ਦੇ ਕੇ ਗਏ ਆ। ਇੱਥੋਂ ਤੱਕ
ਕਿ ਗੁਰੂ ਸਿੱਖ ਨੂੰ ਵੀ ਗੁਰੂ ਹੋਣ ਦਾ ਜਿਹੜਾ ਜਦੋਂ ਪੰਜਾਂ ਦੇ ਰੂਪ ਦੇ ਵਿੱਚ ਸਿੱਖ ਇਕੱਠੇ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅੰਮ੍ਰਿਤ ਤਿਆਰ ਕਰਕੇ ਅੱਗੇ ਸੰਚਾਰ ਕਰ ਸਕਦੇ ਆ, ਤਾਂ ਜਿਹੜੀ ਗੱਲ ਉਹਨਾਂ ਨੇ ਥਿਊਰੀ ਦੇ ਵਿੱਚ ਕਹੀ ਆ ਉਹਨਾਂ ਨੇ ਪ੍ਰੈਕਟੀਕਲ ਵੀ ਕੀਤੀ ਆ। ਜਦੋਂ ਪੰਚਮ ਪਾਤਸ਼ਾਹ ਸਮੇਂ ਦੇ ਹੁਕਮਰਾਨ ਦੇ ਅੱਗੇ ਜਿਹੜਾ ਆਪਦਾ ਸਿਰ ਨਹੀਂ ਝੁਕਾਉਂਦੇ, ਉਹਦੇ ਵਿੱਚ ਕਈ ਕਾਰਨ ਰਹਿ ਸਕਦੇ ਆ, ਆਪਾਂ ਉਹਦੇ 'ਚ ਵਿਪਰ ਦੀ ਵੀ ਗੱਲ ਕਰ ਸਕਦੇ ਹਾਂ, ਮੁਗਲੀਆ ਹਕੂਮਤ ਦੀ ਵੀ ਗੱਲ ਕਰ ਸਕਦੇ ਹਾਂ, ਉਹ ਸ਼ਹਾਦਤ ਦਿੰਦੇ ਆ, ਤਾਂ ਸਿੱਖਾਂ ਵਾਸਤੇ ਜਿਹੜਾ ਸੰਦੇਸ਼ ਆ ਉਹ ਬਹੁਤ ਸਪਸ਼ਟ ਆ ਕਿ ਪੰਜ ਸਿੱਖ ਜਿਹੜੇ ਪਾਤਸ਼ਾਹ ਦੇ ਨਾਲ ਗਏ ਸੀ ਉਹਨਾਂ ਨੇ ਸੁਨੇਹਾ ਭੇਜਿਆ ਕਿ ਹੁਣ ਸਮਾਂ ਜਿਹੜਾ ਆ ਉਹ ਤਲਵਾਰਾਂ ਧਾਰਨ ਕਰਨ ਦਾ ਆ। ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਮੀਰੀ ਪੀਰ ਦੀਆਂ ਤਲਵਾਰਾਂ ਧਾਰਨ ਕਰਕੇ ਤਖ਼ਤ ਜਿਹੜਾ ਆ ਉਹ ਸਾਜਦੇ ਆ, ਤਾਂ ਇੱਕ ਬਹੁਤ ਸਪਸ਼ਟ ਸੰਦੇਸ਼ ਆ ਕਿ ਸਿੱਖ ਆਪਦੀ ਰਾਜਨੀਤੀ ਦੇ ਆਪਦੀ ਹੋਣੀ ਦੇ ਜਿਹੜੀ ਜੀਵਨ ਜਾਚ ਸਿੱਖੀ ਦੇ ਰਹੀ ਆ ਸਿਖਾ ਰਹੀ ਆ ਉਹਨੂੰ ਸਥਾਪਿਤ ਕਰਨ ਵਾਸਤੇ ਰਾਜਨੀਤਿਕ ਤਾਕਤ ਹਾਸਲ ਕਰਨ ਵਾਸਤੇ ਸੰਘਰਸ਼ ਕਰਨਗੇ। ਸੱਤਵੇਂ ਪਾਤਸ਼ਾਹ ਨੇ ਆਪਣੇ ਗੁਰੂ ਕਾਲ ਦੇ ਵਿੱਚ 2200 ਘੋੜ ਸਵਾਰ ਤਿਆਰ ਬਰ ਤਿਆਰ ਫੌਜ ਆਪਦੇ ਨਾਲ ਰੱਖੀ ਆ, ਅਤੇ ਆਪਦੀ ਤਿਆਰ ਬਰ ਤਿਆਰ ਫੌਜ ਰੱਖਣੀ ਨਵੇਂ ਨਗਰ ਵਸਾਉਣੇ ਇਸ ਗੱਲ ਦਾ ਸੰਦੇਸ਼ ਆ ਕਿ ਸਿੱਖ ਕਿਸੇ ਦਾ ਗੁਲਾਮੀ ਜਿਹੜੀ ਆ ਉਹ ਕਬੂਲ ਨਹੀਂ ਕਰਦਾ, ਕਿਸੇ ਦੇ ਅਧੀਨ ਨਹੀਂ ਆ। ਅੱਠਵੇਂ ਪਾਤਸ਼ਾਹ ਵੱਲੋਂ ਦਿੱਲੀ ਜਾ ਕੇ ਔਰੰਗਜ਼ੇਬ ਦੇ ਵਾਰ ਵਾਰ ਕਹਿਣ 'ਤੇ ਸ਼ਾਹਜਹਾਂ ਕਰਨ ਦੇ ਵੀ ਦਰਸ਼ਨ ਨਾ ਦੇਣੇ, ਇਹ ਕਹਿਣਾ ਕਿ ਤੂੰ ਆਮ ਰਈਅਤ 'ਤੇ ਜ਼ੁਲਮ ਕਰ ਰਿਹਾ ਵੀ ਮੈਂ ਤੈਨੂੰ ਦਰਸ਼ਨ ਨਹੀਂ ਦੇਣੇ, ਇਹ ਸਿੱਧਾ ਅਤੇ ਸਾਫ਼ ਜਿਹੜਾ ਸੰਦੇਸ਼ ਆਮ ਸਿੱਖ ਵਾਸਤੇ ਆ ਕਿ ਕੋਈ ਕਿੱਡਾ ਵੀ ਤਗੜਾ ਹੁਕਮਰਾਨ ਕਿਉਂ ਨਾ ਹੋਵੇ, ਔਰੰਗਜ਼ੇਬ ਦਾ ਨਾਮ ਸਾਰੀ ਦੁਨੀਆ 'ਚ ਉਸ ਸਮੇਂ ਮਸ਼ਹੂਰ ਸੀ, ਤਾਂ ਦੱਸਿਆ ਕਿ ਸਿੱਖ ਨੇ ਕਦੇ ਵੀ ਕਿਸੇ ਤਾਕਤਵਰ ਵਕਤੀ ਹੁਕਮਰਾਨ ਦੀ ਝੇਪ ਜਿਹੜੀ ਆ ਉਹ ਨਹੀਂ ਮੰਨਣੀ। ਨੌਵੇਂ ਪਾਤਸ਼ਾਹ ਚਾਂਦਨੀ ਚੌਂਕ ਦੇ ਵਿੱਚ ਸ਼ਹੀਦੀ ਦੇ ਕੇ ਭੈ ਕਾਹੂ ਕੋ ਦੇਤਨਾ ਨੈ ਭੈ ਮਨ ਤਾਨ, ਉਹ ਦੁਨੀਆ ਦੇ ਵਿੱਚ ਇੱਕ ਬਹੁਤ ਵਿਲੱਖਣ ਮਿਸਾਲ ਆ ਜਿਹੜੀ ਨੌਵੇਂ ਪਾਤਸ਼ਾਹ ਨੇ ਕਾਇਮ ਕੀਤੀ ਆ ਚਾਂਦਨੀ ਚੌਂਕ ਦੇ ਵਿੱਚ। ਉਸ ਤੋਂ ਬਾਅਦ ਦਸਵੇਂ ਪਾਤਸ਼ਾਹ ਨੇ ਜੋ ਸਰੂਪ ਖਾਲਸੇ ਨੂੰ ਬਖਸ਼ਿਆ ਆ, ਜੋ ਸਿੱਖਾਂ ਨੂੰ ਇੱਕ ਜਿੱਥੇ ਸਿੱਖ ਇੱਕ ਧਰਮ ਆ ਉੱਥੇ ਉਹ ਇੱਕ ਜੀਵਨ ਜਾਚ ਆ, ਉਹਨਾਂ ਦੀ ਇੱਕ ਰਹਿਤ ਮਰਿਆਦਾ ਆ, ਉਹਨਾਂ ਦੇ ਜੰਮਣ ਸੰਸਕਾਰ ਮਰਨ ਸੰਸਕਾਰ ਅੱਡਾ, ਉਹਨਾਂ ਦੇ ਜੋੜ ਮੇਲੇ ਉਹਨਾਂ ਦੇ ਤਿਉਹਾਰ, ਹਰ ਇੱਕ ਚੀਜ਼ ਜਿਹੜੀ ਕਿਸੇ ਸੱਭਿਅਤਾ ਕੋਲ ਹੁੰਦੀ ਆ ਉਹ ਪਾਤਸ਼ਾਹ ਸਾਨੂੰ ਬਖਸ਼ ਕੇ ਗਏ ਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵ ਦਾ ਸੰਕਲਪ ਆ ਜਿਹੜਾ ਉਹ ਦਰਜਾ, ਇਸ ਤੋਂ ਵੱਧ ਸਿੱਖਾਂ ਨੂੰ ਕੀ ਸਪਸ਼ਟਤਾ ਚਾਹੀਦੀ ਆ ਕਿ ਸਿੱਖਾਂ ਦਾ ਧਰਮ, ਸਿੱਖਾਂ ਦੀ ਰਾਜਨੀਤੀ, ਸਿੱਖਾਂ ਦਾ ਜੋ ਸਮਾਜਿਕ ਵਿਧਾਨ ਆ ਉਹ ਕਦੇ ਵੀ ਇੱਕ ਦੂਜੇ ਤੋਂ ਵੱਖ ਹੋ ਕੇ ਨਹੀਂ ਚੱਲ ਸਕਦੇ, ਉਹ ਹਮੇਸ਼ਾ ਜਿਹੜੇ ਆ ਉਹ ਇੰਟਰਮਿੰਗਲ ਰਹਿਣਗੇ, ਉਹ ਇਕੱਠੇ ਰਹਿਣਗੇ। ਸੋ ਜਿਹੜੀ ਗੱਲ ਹੁਣ ਅਸੀਂ ਇਹ ਸਾਰੇ ਲੰਮੇ, ਮੈਂ ਬਹੁਤਾ ਲੰਮਾ ਨਹੀਂ ਖਿੱਚਣਾ ਲੈਕਚਰ ਨੂੰ, ਇੱਕ ਲੀਪ ਲੈਂਦੇ ਹਾਂ ਕਿ 47 ਤੋਂ ਬਾਅਦ ਦੀ ਜਿਹੜੀ ਅੱਜ ਦੇ ਹਾਲਾਤ ਨੇ ਉਹਦੀ ਅਸੀਂ ਗੱਲ ਕਰੀਏ, ਤਾਂ ਵਿਪਰ ਜਿਹਦੇ ਨਾਲ ਸਾਡਾ ਸਿਧਾਂਤਕ ਰੌਲਾ ਆ ਉਹਦੇ ਨਾਲ ਰਾਜਨੀਤਿਕ ਰੌਲਾ ਉਦੋਂ ਹੋ ਜਾਂਦਾ ਹੈ ਜਦੋਂ ਉਹ ਇਸ ਤਖ਼ਤ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਕਾਬਜ ਹੁੰਦਾ ਆ। ਤਾਂ ਤੁਹਾਡੇ ਵਾਸਤੇ ਆਪਦੀਆਂ ਰਹੁ ਰੀਤਾਂ ਆਪਦੇ, ਜਿੰਨਾ ਚਿਰ ਤੁਹਾਡੇ ਉੱਪਰ ਕੋਈ ਫੋਰਨ ਤੋਂ ਬੰਦਾ ਰਾਜ ਰੂਲ ਕਰ ਰਿਹਾ ਜਿਹਦੇ ਨਾਲ ਤੁਹਾਡਾ ਉਵੇਂ ਸਿਧਾਂਤਕ ਵਖਰੇਵਾਂ ਜਿਹੜਾ ਆ ਉਵੇਂ ਨਹੀਂ ਆ, ਜਿਹਦੇ ਨਾਲ ਤੁਹਾਡੀ ਸ਼ਰੀਕੇਬਾਜ਼ੀ ਆ ਜਦੋਂ ਉਹਦੇ ਹੱਥ 'ਚ ਤਾਕਤ ਆਊਗੀ, ਸ਼ਰੀਕੇਬਾਜ਼ੀ ਅਸੀਂ ਨਹੀਂ ਮੰਨਦੇ ਪਰ ਉਹ ਜਿਹੜਾ ਸਿੱਖ ਨੂੰ ਸ਼ਰੀਕ ਵਜੋਂ ਦੇਖਦਾ ਆ, ਵਿਪਰ ਆ ਜੋ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ, ਸਿੱਖਾਂ ਨੂੰ, ਸਿੱਖੀ ਨੂੰ, ਸਿੱਖੀ ਜੀਵਨ ਜਾਚ ਨੂੰ, ਪੰਜਾਬੀ ਬੋਲੀ ਨੂੰ, ਗੁਰਮੁਖੀ ਲਿਪੀ ਨੂੰ ਉਹ ਆਪਦੇ ਸ਼ਰੀਕ ਵਜੋਂ ਦੇਖਦਾ ਆ, ਤਾਂ ਜਦੋਂ ਉਹਦੇ ਹੱਥ 'ਚ ਤਾਕਤ ਆਊਗੀ ਤਾਂ ਉਹ ਹਰ ਸੰਭਵ ਕੋਸ਼ਿਸ਼ ਕਰੂਗਾ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੋ ਆ ਮਲੀਆਮੇਟ ਕੀਤਾ ਜਾਵੇ, ਅਤੇ ਉਹਨੇ ਟਿੱਲ ਦਾ ਜ਼ੋਰ ਲਾ ਕੇ ਮਲੀਆਮੇਟ ਕੀਤਾ ਵੀ ਆ। ਚਾਹੇ ਸਿੱਖਾਂ ਕੋਲ ਅੱਜ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਬੋਲੀ ਦੇ ਆਧਾਰ 'ਤੇ ਪੰਜਾਬ ਹੈਗਾ ਆ,
ਪਰ ਕੋਈ ਵੀ ਸੀਰੀਅਸ ਐਫਰਟ ਨਹੀਂ ਹੋਇਆ ਕਿ ਪੰਜਾਬੀ ਬੋਲੀ ਜਿਹੜੀ ਆ ਉਹ ਅਮੀਰ ਹੋ ਸਕੇ, ਉਹ ਬਚ ਸਕੇ। ਭਾਸ਼ਾ ਵਿਭਾਗ ਆ ਜੋ ਪੰਜਾਬੀ ਮਹਿਕਮਾ ਆ, ਪਟਿਆਲਾ ਯੂਨੀਵਰਸਿਟੀ ਦੀ ਆਪਦੀ ਪਬਲੀਕੇਸ਼ਨ ਆ, ਹੋਰ ਕਿੰਨੀਆਂ ਸੰਸਥਾਵਾਂ ਆ, ਉਹ ਸਾਡੇ ਵਹਿੰਦਿਆਂ ਵਹਿੰਦਿਆਂ ਡਿਫੰਕਟ ਹੋਈਆਂ ਆ। ਅਤੇ ਅੱਜ ਸਾਡੀ ਆਉਂਦੀ ਜਨਰੇਸ਼ਨ ਨੂੰ ਇਹ ਲੱਗੂਗਾ ਕਿ ਸਾਡੀ ਆਮ ਵਰਤੋਂ 'ਚ ਆਉਣ ਵਾਲੀ ਕਿਸੇ ਵੀ ਵਸਤੂ ਦਾ ਨਾਮ ਸਾਡੀ ਆਪਦੀ ਬੋਲੀ 'ਚ ਨਹੀਂ ਆ। ਤੁਹਾਨੂੰ ਇਹ ਲੱਗੂਗਾ ਕਿ ਸ਼ਾਇਦ ਸਾਡੀ ਬੋਲੀ ਕਿਸੇ ਪੱਖ ਤੋਂ ਗਰੀਬ ਆ। ਦੂਜੇ ਪਾਸੇ ਜਿਨ੍ਹਾਂ ਕੋਲ ਰਾਜ ਆ, ਉਹਨਾਂ ਨੇ ਹਰ ਸਕੀਮ ਆ ਜਿਹੜੀ ਸਰਕਾਰ ਦੀ, ਉਹਦਾ ਨਾਮ ਕਾਹਦੇ 'ਚ ਕਰਤਾ ਆ, ਉਹ ਹਿੰਦੀ ਅਤੇ ਸੰਸਕ੍ਰਿਤ ਦੇ ਵਿੱਚ। ਪਿਛਲੇ 10 ਸਾਲਾਂ 'ਚ ਹਰ ਸਕੀਮ, ਹਰ ਸੰਸਥਾ, ਉਹਦਾ ਨਾਮ ਧੜਾ ਧੜਾ ਜਿਹੜਾ ਉਹਨਾਂ ਨੇ ਆਪਦੇ ਬੋਲੀਆਂ 'ਚ ਰੱਖਿਆ ਆ। ਅਤੇ ਸਾਡੇ ਕੋਲ ਜਦੋਂ ਤੁਹਾਡੇ ਕੋਲ ਕੋਈ ਪ੍ਰੋਡਕਸ਼ਨ ਤੁਹਾਡੇ ਹੱਥ 'ਚ ਨਹੀਂ ਆ, ਕੋਈ ਪੈਦਾਵਾਰ ਤੁਸੀਂ ਨਹੀਂ ਕਰ ਰਹੇ, ਕੁਛ ਨਵਾਂ ਨਹੀਂ ਸਿਰਜ ਰਹੇ, ਤਾਂ ਤੁਸੀਂ ਕਿਸੇ ਨਵੀਂ ਚੀਜ਼ ਨੂੰ ਨਾਮ ਨਹੀਂ ਦੇ ਸਕਦੇ ਜਿਹਦੇ 'ਚ ਨਿੱਤ ਦਿਨ ਤੁਹਾਡੀ ਬੋਲੀ ਗਰੀਬ ਹੋ ਰਹੀ ਆ। ਜਿੱਥੇ ਤੁਹਾਡੇ ਕੁਦਰਤੀ ਸਰੋਤ, ਜੇ ਭਾਰਤ ਦੇ ਸਾਰੇ ਦਰਿਆ ਪੂਜਣ ਯੋਗ ਨੇ, ਸਾਰੀਆਂ ਨਦੀਆਂ ਪੂਜਣ ਯੋਗ ਨੇ, ਤਾਂ ਸਤਲੁਜ, ਰਾਵੀ, ਬਿਆਸ ਪੂਜਣ ਯੋਗ ਕਿਉਂ ਨਹੀਂ? ਜੇ ਇਸ ਸਤਲੁਜ 'ਚੋਂ ਪਾਤਸ਼ਾਹ ਨੇ ਬਾਟੇ 'ਚ ਜਲ ਲੈ ਕੇ ਅੰਮ੍ਰਿਤ ਤਿਆਰ ਕੀਤਾ, ਉਸ ਸਤਲੁਜ ਦਾ ਨਾਮ ਲੈਂਦਿਆਂ ਸਿੱਖਾਂ ਦੇ ਮਨਾਂ ਦੇ ਵਿੱਚ ਇੱਕ ਖੜਾਅ ਆਉਣਾ ਚਾਹੀਦਾ ਸੀ। ਇੱਕ ਝਮ ਝਮ ਵਗਦਾ ਦਰਿਆ ਜਿੱਥੇ ਹਰਿਆਵਲ ਹੁੰਦੀ, ਨੀਲੇ ਰੰਗ ਦਾ ਨੀਰ ਵਗਦਾ ਹੁੰਦਾ, ਸਿੱਖਾਂ ਦੇ ਦਿਮਾਗ 'ਚੋਂ ਦ੍ਰਿਸ਼ ਆਉਣਾ ਚਾਹੀਦਾ ਸੀ। ਅੱਜ ਬਿੱਬਰ ਨੇ ਤੁਹਾਡੇ ਉਸ ਦਰਿਆ ਦਾ ਉਹ ਹਾਲ ਕੀਤਾ ਆ ਕਿ ਸਤਲੁਜ ਦਾ ਨਾਮ ਲੈਂਦਿਆਂ ਤੁਹਾਡੇ ਮਨਾਂ ਦੇ ਵਿੱਚ ਕਾਲਾ ਪਾਣੀ ਚੱਲਦਾ ਨਜ਼ਰ ਆਊਗਾ, ਤੁਹਾਡੇ ਮਨਾਂ ਦੇ ਵਿੱਚ ਟਿੱਬਿਆਂ 'ਤੇ ਜਿਹੜੀ ਰੇਤਾ ਉੱਡਦੀ ਨਜ਼ਰ ਆਊਗੀ। ਇੱਥੋਂ ਤੱਕ ਜਿਹੜਾ ਸਾਈਕੋਲੋਜੀਕਲ ਲੈਵਲ ਤੱਕ ਜਿਹੜਾ ਬਿੱਬਰ ਆ ਉਹ ਤੁਹਾਨੂੰ ਹਿੱਟ ਕਰ ਰਿਹਾ ਆ। ਸੋ ਇਹ ਚੈਲੰਜ ਆ ਜਿਹੜੇ ਉਹ ਤੁਹਾਡੇ ਸਾਹਮਣੇ ਬਿਲਕੁਲ ਪ੍ਰਤੱਖ ਨੇ। ਤੁਹਾਡੀ ਕੋਈ ਸੰਸਥਾ ਆ, ਚਾਹੇ ਉਹ ਚੀਫ ਖਾਲਸਾ ਦੀਵਾਨ ਆ, ਚਾਹੇ ਉਹ ਦਿੱਲੀ ਕਮੇਟੀ ਆ, ਚਾਹੇ ਉਹ SGPC ਆ, ਚਾਹੇ ਉਹ ਸਿੰਘ ਸਭਾ ਆ, ਕਿੱਥੋਂ ਤੱਕ ਬਿੱਬਰ ਆ ਜਿਹੜਾ ਉਹ ਘਾਤ ਨਹੀਂ ਲਾ ਚੁੱਕਾ? ਕਿਹੜੀ ਸੰਸਥਾ ਜਿਹੜੀ ਆ ਤੁਹਾਡੀ ਉਹ ਬਿਲਕੁਲ ਟੰਕੇ ਦੀ ਚੋਟ 'ਤੇ ਸਿੱਖਾਂ ਦੀ ਸੋਵਰਨਿਟੀ ਦੀ ਗੱਲ ਕਰਦੀ ਹੋਵੇ? ਮੈਨੂੰ ਦੱਸ ਦਿਓ, ਕੋਈ ਨਹੀਂ ਕਰ ਰਹੀ। ਕਿੱਥੋਂ ਤੱਕਾਂ ਤੁਹਾਡੇ ਐਜੂਕੇਸ਼ਨਲ ਇੰਸਟੀਟਿਊਟ, ਸਿੱਖ ਨੈਸ਼ਨਲ ਕਾਲਜ ਆ, ਜਿਹੜੇ ਸਿੱਖ ਐਜੂਕੇਸ਼ਨਲ ਸੁਸਾਇਟੀਜ਼ ਆ, ਉਹ ਸਾਰੀਆਂ ਡਿਫੰਕਟ ਹੋ ਚੁੱਕੀਆਂ। ਦਿੱਲੀ ਦੇ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੀ ਜਿਹੜੀ ਘਟਨਾ ਆ ਉਹ ਤੁਹਾਡੇ ਸਾਹਮਣੇ ਆ ਕਿ ਉਹ ਇੱਕ ਡਿਸਿਪਲਨਰੀ ਐਕਸ਼ਨ ਵੀ ਨਹੀਂ ਉਹ ਲੈ ਸਕੇ ਉਹਨਾਂ ਵਿਦਿਆਰਥੀਆਂ 'ਤੇ ਜਿਨ੍ਹਾਂ ਨੇ ਇੱਕ ਸਿੱਖ ਨੌਜਵਾਨ ਦੀ ਸ਼ਰੇਆਮ ਪੱਗ ਲਾਈ ਆ, ਅਤੇ ਸਾਰੇ ਮੁਲਕ ਨੇ ਉਹ ਦੇਖਿਆ ਆ। ਅਤੇ ਉਸ ਸਮੇਂ ਲਾਈ ਆ ਕਿ ਜਦੋਂ ਵਰਲਡ ਦੇ ਪਲੈਟਫਾਰਮ 'ਤੇ ਡਿਸਕਸ ਹੋ ਰਿਹਾ ਆ ਕਿ ਸਿੱਖਾਂ ਨੂੰ ਆਪਣਾ ਧਰਮ ਪ੍ਰੈਕਟਿਸ ਕਰਨ ਦੇ ਵਿੱਚ ਚੈਲੰਜਸ ਆ ਰਹੇ ਨੇ, ਤਾਂ ਇਹ ਤਾਂ ਅੱਜ ਦੀ ਸਿਚੁਏਸ਼ਨ ਆ। ਇਹਦੇ ਵਿੱਚ ਸਲਿਊਸ਼ਨ ਕੀ ਆ? ਸਲਿਊਸ਼ਨ ਉਹ ਪਿੱਛੇ ਲਿਖਿਆ ਆ, ਸੰਘਰਸ਼ ਅਤੇ ਸ਼ਹਾਦਤ। ਜਿਹੜੀ ਸ਼ਹੀਦੀ ਆ ਉਹ ਸਭ ਤੋਂ ਉੱਚੀ ਪਦਵੀ ਆ ਸ਼ਹਾਦਤ ਦੀ, ਪਰ ਸਿੱਖ ਜਦੋਂ ਗੁਰੂ ਦੇ ਦੱਸੇ ਮਾਰਗ 'ਤੇ ਸਮੇਂ ਦੇ ਹੁਕਮਰਾਨ ਨੂੰ ਜਿਹੜਾ ਇਨਕਾਰੀ ਹੋ ਕੇ ਉਹਨੂੰ ਰੱਦ ਕਰਕੇ ਇੱਕ ਸੱਚੇ ਪਾਤਸ਼ਾਹ ਨੂੰ ਆਪਦਾ ਪਾਤਸ਼ਾਹ ਮੰਨ ਕੇ ਸਿੱਖੀ ਦੇ ਰਾਹ 'ਤੇ ਤੁਰਦਾ ਆ, ਤਾਂ ਉੱਦਣ ਉਹਨੇ ਸ਼ਹਾਦਤ ਦਾ ਜਿਹੜਾ ਸਫ਼ਰ ਆ ਉਹਨੇ ਆਪਦਾ ਸ਼ੁਰੂ ਕਰਤਾ ਆ। ਉਹਦਾ ਅੰਜਾਮ ਆ ਜੋ, ਉਹਦਾ ਅੰਜਾਮ ਕੀ ਹੋਣਾ ਆ? ਜੋ ਭਾਈ ਗਜਿੰਦਰ ਸਿੰਘ ਨੇ ਆਪਦੀ ਜ਼ਿੰਦਗੀ ਦੇ 4.5 ਦਹਾਕੇ ਇਸ ਆਪਦੀ ਮਾਂ ਭੋਏ ਤੋਂ ਦੂਰ ਗੁਜ਼ਾਰੇ ਆ, ਜੋ ਭਾਈ ਨਿੱਜਰ ਦਾ ਅੰਜਾਮ ਹੋਇਆ ਆ, ਜੋ ਭਾਈ ਪੰਜਵੜ ਦਾ ਅੰਜਾਮ ਹੋਇਆ ਆ, ਜੋ ਭਾਈ ਖੰਡੇ ਦਾ ਅੰਜਾਮ ਹੋਇਆ ਆ, ਜੋ ਭਾਈ ਜਗਤਾਰ ਸਿੰਘ ਜੱਗੀ ਜੋਲ ਬਿਨਾਂ ਕਿਸੇ ਕਨਵਿਕਸ਼ਨ ਤੋਂ, ਬਿਨਾਂ ਕਿਸੇ ਚਾਰਜਸ ਫਾਈਲ ਹੋਣ ਤੋਂ ਪਿਛਲੇ 7-8 ਸਾਲ ਤੋਂ ਦਿੱਲੀ ਦੀ ਜੇਲ੍ਹ 'ਚ ਬੈਠਾ ਆ, ਇਹ ਅੰਜਾਮ ਆ। ਅਤੇ ਇਹ ਜਿੰਨੇ ਵੀ ਯੋਧਿਆਂ ਦੇ ਨਾਮ ਲਏ ਆ, ਅਤੇ ਬਹੁਤ ਹੋਰ ਹੋਣਗੇ ਜਿਨ੍ਹਾਂ ਦੇ ਮੈਂ ਨਾਮ ਇੱਥੇ ਨਹੀਂ ਗਿਣਾ ਸਕਦਾ, ਇਹ ਸਾਰੇ ਸ਼ਹਾਦਤ ਦੇ ਸਫ਼ਰ ਦੇ ਪਾਂਧੀ ਨੇ। ਅਤੇ ਜਿਨ੍ਹਾਂ ਦੇ ਅੱਗੇ ਸਿਰਫ ਇੱਕ ਹੀ ਸ਼ਰਤ ਹੁਕਮਰਾਨ ਰੱਖਦਾ ਆ, ਜਿਹੜੀ ਗੱਲ ਅਮਿਤ ਸ਼ਾਹ ਨੇ ਪਾਰਲੀਮੈਂਟ 'ਚ ਖਲੋ ਕੇ ਕਹੀ ਆ,
ਕਿ ਆਪ ਦੀ ਗਲਤੀ ਮੰਨ ਲੈਣ ਤੇ ਫਿਰ ਰਿਹਾਈ ਮਿਲਦੀ ਹੈ ਬੰਦੀ ਸਿੰਘਾਂ ਨੂੰ। ਤੁਸੀਂ ਇਹ ਦੇਖੋ ਕਿ ਜਿਨ੍ਹਾਂ ਦੇ ਅੱਗੇ ਹੁਕਮਰਾਨ ਇੱਕ ਸਪਸ਼ਟ ਬੜੇ ਦੋ ਟੁੱਕ ਇਹ ਆਪਸ਼ਨ ਰੱਖ ਰਿਹਾ ਆ ਕਿ ਤੁਸੀਂ ਗਲਤੀ ਮੰਨ ਲਓ ਕਿ ਤੁਹਾਡਾ ਸੰਘਰਸ਼ ਗਲਤ ਆ ਤੇ ਤੁਸੀਂ ਬਾਹਰ ਆ ਸਕਦੇ ਜੇ, ਆਮ ਜੀਵਨ ਜਿਉ ਸਕਦੇ ਜੇ, ਤੇ ਉਹ ਬੰਦੇ ਇਸ ਗੱਲ ਤੇ ਮੰਨਣ ਨੂੰ ਤਿਆਰ ਨਹੀਂ। ਇਹ ਸਾਡੇ ਸ਼ਹੀਦ ਨੇ, ਠੀਕ ਆ ਕਿ ਉਹ ਅੱਜ ਸਾਡੇ ਵਿੱਚ ਜਿਉਂਦੇ ਨੇ ਪਰ ਉਹ ਜਿੰਦਾ ਸ਼ਹੀਦ ਨੇ, ਉਹਨਾਂ ਨੇ ਉਹ ਸ਼ਹਾਦਤ ਦਾ ਸਫ਼ਰ ਆ ਜਿਹੜਾ ਉਹਦੇ 'ਤੇ ਉਹ ਚੱਲ ਰਹੇ ਆ, ਬੜੇ ਅਡੋਲ ਤਰੀਕੇ ਨਾਲ ਚੱਲ ਰਹੇ ਆ, ਤੇ ਗੁਰੂ ਮਹਾਰਾਜ ਕਿਰਪਾ ਕਰਨ ਕਿ ਉਸ ਆਪ ਜਿਹੜੇ ਇਸ ਸਫ਼ਰ ਦੇ ਉੱਪਰ